ਦੋਸਤੋ ਹੁਣ ਤੱਕ ਦੁਨੀਆ ਤੇ ਬਹੁਤ ਤਗੜੇ ਅਤੇ ਮਾਰੂ ਹਥਿਆਰ ਬਣਾਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਵੱਖ-ਵੱਖ ਲੜਾਈਆਂ ਵਿੱਚ ਵਰਤਿਆ ਗਿਆ ਪਰ ਅੱਜ ਦੀ ਇਸ ਵੀਡੀਓ ਵਿੱਚ ਰੂਬਰੂ ਕਰਾਵਾਂਗੇ ਇੱਕ ਐਦਾਂ ਦੀ ਥੋਪ ਨਾਲ ਜਿਸ ਬਾਰੇ ਤੁਸੀਂ ਨਾ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਕਦੇ ਦੇਖਿਆ ਹੋਵੇਗਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਥੋਪ ਦੀ ਜਿਸ ਤੋਂ ਬਾਅਦ ਅੱਜ ਤੱਕ ਐਦਾਂ ਦੀ ਥੋਪ ਦੇਖਣ ਨੂੰ ਨਹੀਂ ਮਿਲੀ ਦੇਵਾਂਗੇ ਸਾਰੀ ਜਾਣਕਾਰੀ ਇਸ ਥੋਪ ਬਾਰੇ ਪਰ ਦੋਸਤੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਅਸੀਂ ਰੋਚਕ ਅਤੇ ਅਣਸੁਣੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਤੋਪ ਦਾ ਨਾਮ ਹੈ ਸਵੈਰਰ ਗੁਸਟਾਵ ਜਾਂ ਹੈਵੀ ਗੁਸਟਾਵ ਇਸ ਤੋਪ ਨੂੰ ਸਨ 1941 ਵਿੱਚ ਪਹਿਲੀ ਵਾਰ ਤਿਆਰ ਕਰਕੇ ਗੋਲਾ ਦਾਗਿਆ ਗਿਆ ਇਸ ਤੋਪ ਨੂੰ ਜਰਮਨੀ ਦੇ ਤਾਨਾਸ਼ਾਹ ਅਡੋਲਫ ਹਿਟਲਰ ਦੇ ਕਹਿਣ ਤੇ ਕ੍ਰੂਪ ਵੱਲੋਂ ਬਣਾਇਆ ਗਿਆ ਸੀ ਇਸ ਤੋਪ ਦਾ ਵਜ਼ਨ 1350 ਟਨ ਦਾ ਸੀ ਜੋ ਕਿ 2206 ਸ਼ੇਰਮਨ ਟੈਂਕ ਦੇ ਬਰਾਬਰ ਹੈ ਇਸ ਤੋਪ ਦੀ ਲੰਬਾਈ 47 ਮੀਟਰ ਅਤੇ ਇਸ ਦੇ ਬੈਰਲ ਦੀ ਲੰਬਾਈ 32 ਮੀਟਰ ਹੈ ਅਗਰ ਗੱਲ ਕਰੀਏ ਇਸ ਤੋਪ ਵੱਲੋਂ ਦਾਗੇ ਜਾਣ ਵਾਲੇ ਗੋਲੇ ਜਾਂ ਸ਼ੈੱਲ ਦੀ ਤਾਂ ਇਸ ਦਾ ਗੋਲਾ 7 ਟਨ ਦਾ ਸੀ ਅਤੇ ਇਸ ਤੋਪ ਦੀ ਰੇਂਜ 47 ਕਿਲੋਮੀਟਰ ਦੀ ਸੀ ਮਤਲਬ ਇਸ ਵੱਲੋਂ ਦਾਗਿਆ ਜਾਣ ਵਾਲਾ ਗੋਲਾ 47 ਕਿਲੋਮੀਟਰ ਦੂਰ ਜਾ ਕੇ ਡਿੱਗਦਾ ਸੀ ਦੋਸਤੋ ਅਸਲ ਵਿੱਚ ਇਹ ਇੱਕ ਗਨ ਸੀ ਪਰ ਅਸੀਂ ਤੋਪ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਵੱਲੋਂ ਗੋਲੇ ਤੋਪ ਦੀ ਤਰ੍ਹਾਂ ਦਾਗੇ ਜਾਂਦੇ ਸੀ ਇਸ ਤੋਪ ਨੂੰ ਅਸੈਂਬਲ ਕਰਨ ਲਈ 3 ਦਿਨ ਲੱਗ ਜਾਂਦੇ ਸੀ ਅਤੇ ਇਸ ਨੂੰ ਚਲਾਉਣ ਲਈ 250 ਜਵਾਨਾਂ ਦੀ ਜ਼ਰੂਰਤ ਪੈਂਦੀ ਸੀ ਤੇ ਨਾਲ ਹੀ ਇਸ ਦੇ ਟਰੈਕ ਨੂੰ ਵਿਛਾਉਣ ਵਿੱਚ 2500 ਬੰਦਿਆਂ ਨੂੰ ਕੰਮ ਤੇ ਲੱਗਣਾ ਪੈਂਦਾ ਸੀ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਤੋਪ ਕਿੰਨੀ ਵੱਡੀ ਹੋਵੇਗੀ ਤੇ ਦੋਸਤੋ ਇੰਨੀ ਵੱਡੀ ਤੋਪ ਦੀ ਰਾਖੀ ਲਈ ਇਸ ਦੇ ਨਾਲ ਦੋ ਫਲੈਗ ਬਟਾਲੀਅਨਾਂ ਨੇ ਵੀ ਚਲਦੀਆਂ ਸੀ ਜੋ ਹਵਾਈ ਹਮਲੇ ਅਤੇ ਜ਼ਮੀਨੀ ਹਮਲਿਆਂ ਨੂੰ ਰੋਕਦੀਆਂ ਸੀ ਇਸ ਤੋਪ ਨਾਲ 45 ਮਿੰਟ ਵਿੱਚ ਸਿਰਫ ਇੱਕ ਹੀ ਫਾਇਰ ਕੀਤਾ ਜਾਂਦਾ ਸੀ ਯਾਨੀ ਇੱਕ ਦਿਨ ਵਿੱਚ ਸਿਰਫ 14 ਤੋਂ 16 ਸ਼ੈੱਲ ਫਾਇਰ ਹੁੰਦੇ ਸੀ ਦੋਸਤੋ ਇਸ ਤੋਪ ਨੂੰ ਕਿਸੇ ਸੜਕ ਤੇ ਨਹੀਂ ਬਲਕਿ ਰੇਲ 트랙 ਤੇ ਚਲਾਇਆ ਜਾਂਦਾ ਸੀ ਇਸੇ ਕਰਕੇ ਇਸ ਤੋਪ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਲਈ ਵੱਖਰੇ ਰੇਲ 트랙 ਬਣਾਏ ਜਾਂਦੇ ਸੀ ਪਰ ਇਸ ਤੋਪ ਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਇਹ ਸੀ ਕਿ ਇਸ ਦੀ ਬੈਰਲ ਨੂੰ ਸਿਰਫ ਉੱਤੇ ਜਾਂ ਥੱਲੇ ਹੀ ਕੀਤਾ ਜਾ ਸਕਦਾ ਸੀ ਸੱਜੇ ਖੱਬੇ ਫਾਇਰ ਕਰਨ ਲਈ ਵਕਤ ਤੋਂ ਰੇਲ 트랙 ਬਣਾਉਣੇ ਪੈਂਦੇ ਸੀ ਜਿਸ ਨਾਲ ਸੱਜੇ ਖੱਬੇ ਮੋੜਿਆ ਜਾ ਸਕੇ ਅਤੇ ਫਿਰ ਹੀ ਫਾਇਰ ਕੀਤਾ ਜਾਂਦਾ ਸੀ ਪਰ ਜਿੱਥੇ ਵੀ ਇਸ ਦਾ ਗੋਲਾ ਜਾ ਕੇ ਡਿੱਗਦਾ ਸੀ ਉੱਥੇ ਤਬਾਹੀ ਮਚਾ ਦਿੰਦਾ ਸੀ ਕਿਉਂਕਿ 7 ਟਨ वजਨੀ ਗੋਲੇ ਵਿੱਚ ਕਿੰਨਾ ਬਾਰੂਦ ਭਰਿਆ ਹੋਵੇਗਾ ਤੇ ਦੋਸਤੋ ਨਾਲ ਹੀ ਇੱਕ ਛੋਟੀ ਜਿਹੀ ਬੇਨਤੀ ਵੀਡੀਓ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਟੌਪਿਕ ਤੇ ਵਾਪਸ ਆਉਂਦੇ ਹਾਂ ਇਸ ਟੋਪ ਨੂੰ ਉਸ ਵੇਲੇ ਬਣਾਉਣ ਦੀ ਕੀਮਤ 7 ਮਿਲੀਅਨ ਸੀ ਪਰ ਇਸ ਨੂੰ ਬਣਾਉਣ ਵਾਲੀ ਕੰਪਨੀ ਗਰੁੱਪ ਨੇ ਇਸ ਲਈ ਕੋਈ ਪੈਸਾ ਨਹੀਂ ਲਿਆ ਸੀ ਕਿਉਂਕਿ ਗਰੁੱਪ ਜੋ ਵੀ ਲਾ ਹਥਿਆਰ ਬਣਾਉਂਦੇ ਸੀ ਉਸ ਲਈ ਕੋਈ ਵੀ ਪੈਸਾ ਨਹੀਂ ਲੈਂਦੇ ਸੀ ਦੋਸਤੋ ਅਸਲ ਵਿੱਚ ਇਸ ਤੋਪ ਨੂੰ ਵਰਲਡ ਵਾਰ 2 ਸਮੇਂ ਫ੍ਰੈਂਚ ਆਰਮੀ ਦੇ ਸਭ ਤੋਂ ਮਜ਼ਬੂਤ ਬੰਗਰਾਂ ਨੂੰ ਤੋੜਨ ਲਈ ਬਣਾਇਆ ਗਿਆ ਸੀ ਪਰ ਜਦੋਂ ਫ੍ਰੈਂਚ ਨਾਲ ਜਰਮਨ ਦੀ ਲੜਾਈ ਸ਼ੁਰੂ ਹੋਈ ਤਾਂ ਇਹ ਤੋਪ ਹਮਲੇ ਲਈ ਤਿਆਰ ਨਹੀਂ ਸੀ ਫਿਰ ਇਸ ਤੋਪ ਨੂੰ ਸਵਸਤੋਪੋਲ ਦੀ ਲੜਾਈ ਵਿੱਚ ਤਨਾਤ ਕੀਤਾ ਗਿਆ ਜਿੱਥੇ ਇਸ ਨੇ ਜ਼ਮੀਨੀ ਪੱਧਰ ਤੋਂ 98 ਫੁੱਟ ਥੱਲੇ ਬਣੇ ਇੱਕ ਹਥਿਆਰਾਂ ਦੇ ਬੰਕਰ ਨੂੰ ਤਬਾਹ ਕੀਤਾ 나ਜ਼ੀ ਆਰਮੀ ਨੂੰ ਇਹ ਡਰ ਸੀ ਜੇਕਰ ਇਹ ਵੱਡੀ ਤੋਪ ਸੋਵੀਅਤ ਯੂਨੀਅਨ ਦੇ ਹੱਥ ਲੱਗ ਗਈ ਤਾਂ ਹੋ ਸਕਦਾ ਹੈ ਉਹ ਇਸ ਤੋਪ ਨੂੰ ਉਹਨਾਂ ਦੇ ਹੀ ਖਿਲਾਫ ਨਾ ਵਰਤਣ ਇਸ ਲਈ ਜਰਮਨਸ ਨੇ ਇਸ ਤੋਪ ਨੂੰ ਆਪ ਹੀ ਤਬਾਹ ਕਰ ਦਿੱਤਾ ਸੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਐਦਾਂ ਦੇ ਹੀ ਜਾਣਕਾਰੀ ਹਰੀ ਭਰਪੂਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ